ਮਨੁੱਖ ਦੀਆਂ ਸਰੀਰਕ ਅਵਸਥਾਵਾਂ ਤਿੰਨ ਨੇ, ਬਚਪਨਾ, ਜਵਾਨੀ, ਬੁਢੇਪਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਹੂ ਬਹੁ ਇਸੇ ਤਰੀਕੇ ਦੇ ਨਾਲ ਮਨੁੱਖੀ ਮਨ ਦੀਆਂ ਹਾਲਤਾਂ ਵੀ ਤਿੰਨ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਮਨੁੱਖ ਦੀ ਚੇਤਨਾ ਦੀਆਂ ਹਾਲਤਾਂ ਚਾਰ ਮੰਨੀਆਂ ਗਈਆਂ ਨੇ, ਜਾਗ੍ਰਿਤ, ਸਵਪਨ, ਸਖੋਪਤ, ਧੂਰੀਆ। ਜਾਗ੍ਰਿਤ ਅਵਸਥਾ ਸਭ ਤੋਂ ਪ੍ਰਥਮ ਹੈ, ਦੂਸਰੀ ਅਵਸਥਾ ਸਵਪਨ, ਔਰ ਫਿਰ ਸਖੋਪਤੀ, ਫਿਰ ਧੂਰੀਆ। ਜਾਗ੍ਰਿਤ ਅਵਸਥਾ ਵਿੱਚ ਅਸੀਂ ਜੋ ਕੁਝ ਸੋਚਦੇ ਹਾਂ, ਜੋ ਵੇਖਦੇ ਹਾਂ, ਜੋ ਸੁਣਦੇ ਹਾਂ, ਜੋ ਵਿਚਾਰਦੇ ਹਾਂ, ਇਹ ਸਭ ਕੁਝ ਸੰਚਨ ਹੋ ਕੇ ਰਾਤ ਨੂੰ ਸਾਡੇ ਸੁਪਨਿਆਂ ਨੂੰ ਜਨਮ ਦਿੰਦਾ। ਦਿਨ ਨੂੰ ਅਗਰ ਕਿਸੇ ਮਨੁੱਖ ਨੇ ਚੋਰੀ ਕਰਨੀ ਚਾਹੀਏ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦਿਨ ਨੂੰ ਅਗਰ ਕਿਸੇ ਨੇ ਦੁਰਾਚਾਰ ਕਰਨਾ ਚਾਹਿਆ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਕਾਦਰ ਕਰੀਮ ਸੁਪਨਿਆਂ ਦੀ ਇਹ ਦੁਨੀਆ ਨਾ ਬਣਾਉਂਦੀ ਤਾਂ ਮਨ ਚਾਹੇ ਗੁਬਾਰ ਮਨੁੱਖ ਦੇ ਅੰਦਰ ਰਹਿ ਜਾਣੇ ਸਨ, ਔਰ ਗੁਬਾਰ ਦੇ ਬੋਝ ਥੱਲੇ ਦੱਬ ਕੇ ਮਨੁੱਖ ਨੇ ਲਾਜ਼ਮੀ ਪਾਗਲ ਹੋਣਾ ਸੀ। ਤਾਂ ਸੁਪਨਾ ਹੈ ਦਿਨ ਭਰ ਦੀ ਚਾਹਤ ਨੂੰ ਪਾਇਆ ਤਕਮੀਲ ਤੱਕ ਲੈ ਜਾਣ ਦਾ ਇੱਕ ਵਸੀਲਾ, ਇੱਕ ਜ਼ਰੀਆ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਕਥਨ ਅਨੁਸਾਰ ਸੁਪਨੇ ਵਿੱਚ ਕਿਸੇ ਨੇ ਰਾਮ ਦੀ ਮੰਗ ਕੀਤੀ ਹੈ, ਸੁਪਨੇ ਵਿੱਚ ਕਿਸੇ ਨੇ ਪਰਮਾਤਮਾ ਦੀ ਮੰਗ ਕੀਤੀ ਹੈ, ਤਾਂ ਇਹ ਮੰਗ, ਸੁਪਨੇ ਦੀ ਇਹ ਚਾਹਤ ਇਸ ਗੱਲ ਦਾ ਸਬੂਤ ਹੈ ਕਿ ਇਸ ਬੰਦੇ ਦੀ ਜਾਗ੍ਰਿਤ ਅਵਸਥਾ ਬੜੀ ਪਵਿੱਤਰ ਹੈ। ਇਸ ਬੰਦੇ ਦੀ ਜਾਗ੍ਰਿਤ ਅਵਸਥਾ ਵਿੱਚ ਪ੍ਰਭੂ ਚਿੰਤਨ ਚੱਲਦਾ ਹੀ ਰਹਿੰਦਾ, ਈਸ਼ਵਰੀ ਸਿਮਰਨ ਚੱਲਦਾ ਹੀ ਰਹਿੰਦਾ। ਆਦਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਵਾਕ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ। ਇਹ ਸੁਪਨੇ ਵਿੱਚ ਆਉਣ ਵਾਲੇ ਸੱਜਣੋ, ਸੁਪਨਾ ਗਿਆ ਤੁਸੀਂ ਵੀ ਗਏ, ਪਰ ਹੁਣ ਮੈਂ ਕੋਈ ਸੰਦੇਸ਼ਾ ਨਹੀਂ ਭੇਜ ਸਕਦਾ ਕਿ ਤੁਸੀਂ ਫਿਰ ਆਓ। ਤੁਹਾਡੇ ਤੱਕ ਮੈਂ ਆਪਣੀ ਵੇਦਨਾ ਨਹੀਂ ਪਹੁੰਚਾ ਸਕਦਾ। ਹਾਂ, ਇੱਕ ਜ਼ਰੀਆ ਜ਼ਰੂਰ ਹੈ ਕਿ ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਇਹ ਭਾਗਾਂ ਭਰੀ ਨੀਂਦ, ਇਹ ਸੁਭਾਗ ਭਰੀ ਨੀਂਦ, ਇੱਕ ਦਫ਼ਾ ਤੂੰ ਫਿਰ ਆ ਤਾਂ ਕਿ ਫਿਰ ਉਸ ਪਾਵਨ ਸੁਪਨੇ ਵਿੱਚ ਮੈਂ ਆਪਣੇ ਉਸ ਪਰਮ ਪ੍ਰੀਤਮ ਦੀ ਝਲਕ ਵੇਖ ਸਕਾਂ। ਮਨੁੱਖ ਜਿਤਨਾ ਸੌਂਦਾ ਹੈ ਉਹ ਸਮੁੱਚੀ ਜ਼ਿੰਦਗੀ ਦਾ 1/3 ਹਿੱਸਾ ਬਣ ਜਾਂਦਾ ਹੈ। ਨਵਜਾਇਤ ਬੱਚਾ, ਨਵਾਂ ਜਨਮਿਆ ਬੱਚਾ 19 ਘੰਟੇ 20 ਘੰਟੇ ਸੁੱਤਾ ਰਹਿੰਦਾ। ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ ਨੀਂਦ ਘਟਦੀ ਹੈ। 1 ਸਾਲ ਦਾ ਹੋ ਗਿਆ, ਹੁਣ 15-16 ਘੰਟੇ ਸੌਂਦਾ।
ਸਹਿਜੇ ਸਹਿਜੇ ਹੋਰ ਵੱਡਾ ਹੋ ਰਿਹਾ ਹੈ। 12 ਘੰਟੇ ਸੌਂਦਾ ਹੈ, 10 ਘੰਟੇ ਸੌਂਦਾ ਹੈ, ਯੁਵਾ ਹੋ ਗਿਆ, ਜਵਾਨ ਹੋ ਗਿਆ, ਹੁਣ 7-8 ਘੰਟੇ ਸੌਂਦਾ ਹੈ, ਬਿਰਧ ਹੋ ਗਿਆ, ਹੁਣ 4-5 ਘੰਟੇ ਸੌਂਦਾ ਹੈ, ਬਹੁਤ ਬਿਰਧ ਹੋ ਗਿਆ ਹੈ, ਕਈ ਦਫ਼ਾ ਨੀਂਦ ਨੂੰ ਵੀ ਤਰਸਦਾ ਹੈ ਔਰ ਨੀਂਦ ਬਹੁਤ ਘੱਟ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇਹ ਸੰਦੇਸ਼ ਅਤੇ ਇਹ ਉਪਦੇਸ਼, ਬਈ ਇਹ ਬੰਦੇ ਤੇਰਾ ਸੋਹਣਾ ਵਿਅਰਥ ਨਹੀਂ ਜਾਣਾ ਚਾਹੀਦਾ, ਕਿਉਂਕਿ ਜ਼ਿੰਦਗੀ ਦਾ ਇਹ ਤੀਜਾ ਹਿੱਸਾ ਹੈ, ਇਹ ਵੀ ਪ੍ਰਭੂ ਚਿੰਤਨ ਦੇ ਚਲੀਨ ਹੋਣਾ ਚਾਹੀਦਾ। ਜਿੱਥੇ ਤੇਰਾ ਜਾਗਣਾ ਸਫਲ ਹੋਵੇ ਉੱਥੇ ਤੇਰਾ ਸੋਹਣਾ ਵੀ ਸਫਲ ਹੋਵੇ। ਬੜੀ ਸੁੰਦਰ ਪੰਕਤੀ ਹੈ, ਉਠਤ ਬੈਠਤ ਸੋਵਤ ਨਾਮ। ਇਹ ਗੱਲ ਤੇ ਸਮਝ ਵਿੱਚ ਆ ਗਈ ਬਈ ਉੱਠਦਿਆਂ ਬੈਠਦਿਆਂ ਕਿਵੇਂ ਜਪਣਾ ਹੈ, ਪਰ ਸੁੱਤਿਆਂ ਨਾਮ ਕਿਵੇਂ ਜਪਣਾ ਹੈ, ਇਹ ਸੋਚ ਤੋਂ ਪਰੇ ਦੀ ਗੱਲ ਹੈ। ਜਦ ਅਸੀਂ ਸੌਂ ਹੀ ਗਏ ਫਿਰ ਕਿਸ ਤਰ੍ਹਾਂ ਨਾਮ ਜਪਣਾ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਦੀ ਤਫਸੀਲ ਇਹ ਹੈ ਕਿ ਦਿਨ ਭਰ ਜੋ ਕੁਛ ਬੰਦੇ ਨੇ ਚਾਹਿਆ, ਮਨੁੱਖ ਦੀ ਉਹ ਚਾਹਤ ਜੋ ਅਧੂਰੀ ਰਹਿ ਗਈ ਹੈ ਉਹ ਰਾਤ ਨੂੰ ਸੁਪਨਿਆਂ ਵਿੱਚ ਪੂਰੀ ਹੁੰਦੀ ਹੈ। ਸੁਪਨਿਆਂ ਦਾ ਬਕਾਇਦਾ ਬੀਜ ਹੈ, ਬਿਨਾਂ ਬੀਜ ਤੋਂ ਕੁਛ ਵੀ ਨਹੀਂ ਪੈਦਾ ਹੁੰਦਾ, ਇਹ ਈਸ਼ਵਰੀ ਨਿਯਮ ਹੈ। ਦਿਨ ਭਰ ਦੀ ਚਾਹਤ, ਦਿਨ ਭਰ ਦੇ ਵਿਚਾਰ, ਦਿਨ ਭਰ ਦੀ ਤੜਪ, ਦਿਨ ਭਰ ਦਾ ਉਲਾਸ ਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਸੁਪਨਿਆਂ ਨੂੰ ਜਨਮ ਦਿੰਦਾ ਹੈ। ਇਹ ਗੱਲ ਵੱਖਰੀ ਹੈ ਕਿ ਇਹਨਾਂ ਸੁਪਨਿਆਂ ਦੇ ਪਿੱਛੇ ਕੁਝ ਪੁਰਬਲੇ ਸੰਸਕਾਰ ਵੀ ਕੰਮ ਕਰਦੇ ਨੇ, ਕੋਈ ਪੁਰਬਲੇ ਜਨਮ ਦੇ ਉਹ ਵੀ ਬੀਜ ਅੰਦਰ ਪਏ ਨੇ, ਵਕਤ ਵਕਤ ਦੇ ਨਾਲ ਉਹ ਵੀ ਪਨਪਦੇ ਨੇ। ਦਿਨ ਭਰ ਜਿਸਨੇ ਪ੍ਰਭੂ ਚਿੰਤਨ ਕੀਤਾ ਹੈ, ਪ੍ਰਭੂ ਦੀ ਯਾਦ ਵਿੱਚ ਦਿਨ ਬਤੀਤ ਕੀਤਾ ਹੈ ਅਤੇ ਪ੍ਰਭੂ ਦੀ ਤੜਪ ਲੈ ਕੇ ਸੌਂ ਗਿਆ, ਲਾਜ਼ਮੀ ਹੈ ਕਿ ਇਸ ਮਨੁੱਖ ਨੇ ਸੁਪਨੇ ਵਿੱਚ ਪ੍ਰਭੂ ਦੀ ਮੰਗ ਕਰਨੀ ਹੈ ਔਰ ਸੁਪਨੇ ਵਿੱਚ ਸ਼ਾਇਦ ਇਸ ਨੂੰ ਪ੍ਰਭੂ ਮਿਲਣ ਨਸੀਬ ਹੋਵੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਮਹਾਨ ਪਰਮ ਅਵਸਥਾ ਦਾ ਹੀ ਜ਼ਿਕਰ ਕਰਦੇ ਨੇ ਕਿ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ, ਕਦ ਦੇਖੋ ਪ੍ਰਭ ਆਪਣਾ ਆਤਮ ਤੇ ਹਰ ਰੰਗ। ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ ਜਿਹਦੇ 'ਚ ਪਰਮਾਤਮਾ ਦਾ ਰੰਗ ਹੈ, ਜਿਹਦੇ 'ਚ ਪਰਮਾਤਮਾ ਦੀ ਪ੍ਰਾਪਤੀ ਹੈ, ਜਿਹਦੇ 'ਚ ਪਰਮਾਤਮਾ ਦਾ ਚਿੰਤਨ ਹੈ। ਸੁਪਨੇ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਛੰਦ ਫੁਨੇ ਛੰਦ ਨਾਮਕ ਬਾਣੀ ਦੇ 'ਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਢੰਗ ਨਾਲ ਫਰਮਾਨ ਹੈ ਕਿ ਸੁਪਨੇ ਊਭੀ ਭਈ ਗਹੋ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਅੱਜ ਅਸੀਂ ਸੁਪਨੇ ਵਿੱਚ ਦੋ ਰੂਪ ਹੋ ਗਏ, ਇੱਕ ਤੇ ਅਸੀਂ ਆਪ, ਇੱਕ ਉਹ ਜਿਹਨੂੰ ਅਸੀਂ ਵੇਖ ਰਹੇ ਹਾਂ ਜਿਹਦੀ ਅਸੀਂ ਚਾਹਤ ਕੀਤੀ ਸੀ। ਵੇਖਦੇ ਰਹਿ ਵੇਖਦੇ ਰਹਿ ਪਕੜਨ ਦੀ ਚਾਹਤ ਪੈਦਾ ਹੋਈ, ਗਲਵਕੜੀ ਵਿੱਚ ਮਿਲਣ ਦੀ ਚਾਹਤ ਪੈਦਾ ਹੋਈ। ਗਹੋ ਕੀ ਨਾ ਅੰਚਲਾ, ਆਂਚਲ ਕਿਉਂ ਨਹੀਂ ਪਕੜ ਲਿਆ। ਤੋ ਸਤਿਗੁਰੂ ਕਹਿੰਦੇ ਨੇ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਉਹਨੂੰ ਵੇਖਣ ਵਿੱਚ ਐਸੇ ਲੀਨ ਹੋਏ ਪਕੜਨਾ ਹੀ ਭੁੱਲ ਗਏ, ਗਲਵਕੜੀ ਵਿੱਚ ਲੈਣਾ ਹੀ ਭੁੱਲ ਗਏ। ਸੁਪਨੇ ਦੀ ਇਹ ਕਮਜ਼ੋਰੀ ਹੈ
ਕਿ ਇਤਨਾ ਵੀ ਖਿਆਲ ਪੈਦਾ ਹੋ ਜਾਏ ਕਿ ਸੁਪਨੇ ਨੂੰ ਲੰਬਾ ਕਰਨਾ, ਨੀਂਦ ਖੁੱਲ ਜਾਂਦੀ ਹੈ, ਸੁਪਨਾ ਟੁੱਟ ਜਾਂਦਾ ਹੈ। ਖੋਜੋ ਤਾਂ ਕੇ ਚਰਨ ਕਹੋ ਕਥ ਪਾਈਏ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋ ਪਾਈਏ। ਸਤਿਗੁਰ ਕਹਿੰਦੇ ਨੇ ਉਹ ਜੋ ਮੈਂ ਸੁਪਨੇ 'ਚ ਝਲਕ ਵੇਖੀਏ ਹੁਣ ਮੈਂ ਉਸਨੂੰ ਲੱਭ ਰਿਹਾ। ਹੇ ਸਖੀ, ਹੇ ਗੁਰਮੁਖ ਜਨੋ, ਕੋਈ ਐਸਾ ਯਤਨ ਦੱਸੋ, ਉਪਰਾਲਾ ਦੱਸੋ ਕਿ ਮੈਂ ਉਸਦੀ ਪ੍ਰਾਪਤੀ ਕਰਾਂ ਜਿਹਦੀ ਝਲਕ ਮੈਂ ਸੁਪਨੇ ਵਿੱਚ ਵੇਖੀਏ, ਜਿਹਦੇ ਕੋਲ ਮੈਂ ਸੁਪਨੇ ਵਿੱਚ ਬੈਠਾਂ। ਜਗਤ ਦੇ ਇਤਨੇ ਸ੍ਰੇਸ਼ਟ ਸੰਤ ਜਨ, ਗੁਰੂ ਪੁਰਸ਼ੋਤਮ ਅਵਤਾਰ, ਸੁਪਨੇ ਦੀ ਇਤਨੀ ਵੱਡੀ ਮਹਾਨਤਾ ਬਿਆਨ ਕਰਨ, ਤਾਂ ਇਹਦੇ 'ਚ ਵਾਸਤਵਿਕ ਕੁਝ ਸੱਚਾਈ ਹੈ, ਹਕੀਕਤ ਹੈ। ਭਗਤ ਸਿਰਮੌਰ ਸਿਰਮੌਰ ਸੰਤ ਸ਼੍ਰੀ ਕਬੀਰ ਜੀ ਮਹਾਰਾਜ ਦਾ ਫਰਮਾਨ ਕਿ ਸੁਪਨੇ ਹੂੰ ਬਿਰੜਾਏ ਕੇ ਜਹ ਮੁਖ ਨਿਕਸੇ ਰਾਮ, ਤਾਂ ਕੇ ਪਗ ਕੀ ਪਨਹੀ ਮੇਰੇ ਤਨ ਕੋ ਚਾ। ਸੁਪਨੇ ਵਿੱਚ ਅਚਨਚੇਤ ਕਿਸੇ ਦੀ ਰਸਨਾ ਤੋਂ ਨਿਕਲੇ ਰਾਮ। ਕਬੀਰ ਕਹਿੰਦੇ ਉਹਨੂੰ ਬਾਜ਼ਾਰੋਂ ਜੁੱਤੀ ਮੁੱਲ ਲੈਣ ਦੀ ਲੋੜ ਨਹੀਂ, ਮੈਂ ਆਪਣੀ ਚਮੜੀ, ਮੈਂ ਆਪਣੀ ਖਲੜੀ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਪਾਵਾਂ, ਕਿਉਂਕਿ ਉਹ ਬੰਦਾ ਪੂਜਣ ਯੋਗ ਹੈ, ਉਹ ਮਨੁੱਖ ਮਹਾਨ ਹੈ ਜੋ ਸੁਪਨੇ ਵਿੱਚ ਰਾਮ ਦਾ ਉਚਾਰਨ ਪਿਆ ਕਰਦਾ ਹੈ। ਅਕਸਰ ਦੁਕਾਨ ਤੋਂ ਥੱਕਾ ਮੰਦਾ ਆਇਆ ਮਨੁੱਖ ਘਰ ਵਿੱਚ ਸੌਂਦਾ ਹੈ, ਦਿਨ ਭਰ ਦੀ ਆਮਦਨ ਅਤੇ ਖਰਚ ਦੇ ਲੇਖੇ ਵਿੱਚ ਸੌਂ ਜਾਂਦਾ ਹੈ, ਰਾਤ ਨੂੰ ਧਨ ਦੀ ਗਿਣਤੀ ਵਿੱਚ ਹੀ ਸਮਾਂ ਬਤੀਤ ਹੋ ਜਾਂਦਾ ਹੈ, ਸੁਪਨੇ ਧਨ ਦੇ ਹੀ ਆਉਂਦੇ ਨੇ। ਅਕਸਰ ਦਿਨ ਭਰ ਦਾ ਕਾਰ ਵਿਹਾਰ, ਉਹਦੇ ਬਣੇ ਪ੍ਰਬਲ ਸੰਸਕਾਰ ਰਾਤ ਨੂੰ ਸੁਪਨੇ 'ਚ ਜਨਮ ਦਿੰਦੇ ਨੇ। ਐਸਾ ਨਹੀਂ ਕਿ ਬੰਦਾ ਦਿਨ ਨੂੰ ਦੁਕਾਨ ਚਲਾ ਰਿਹਾ ਰਾਤ ਨੂੰ ਸੁਪਨੇ ਵਿੱਚ ਵੀ ਚਲਾ ਰਿਹਾ, ਐਸਾ ਨਹੀਂ ਕਿ ਬੰਦਾ ਦਿਨ ਨੂੰ ਕੋਈ ਕੰਮ ਧੰਦਾ ਕਰ ਰਿਹਾ ਰਾਤ ਨੂੰ ਸੁਪਨਿਆਂ ਵਿੱਚ ਵੀ ਕੰਮ ਧੰਦਾ ਕਰ ਰਿਹਾ, ਔਰ ਐਸਾ ਨਹੀਂ ਕਿ ਬੰਦਾ ਦਿਨ ਨੂੰ ਭਜਨ ਕਰ ਰਿਹਾ ਰਾਮ ਦਾ ਨਾਮ ਜਪ ਰਿਹਾ, ਨਹੀਂ ਰਾਤ ਨੂੰ ਸੁਪਨੇ 'ਚ ਵੀ ਜਪ ਰਿਹਾ, ਰਾਤ ਨੂੰ ਸੁਪਨੇ 'ਚ ਵੀ ਬੰਦਗੀ ਕਰ ਰਿਹਾ। ਦਿਨ ਅਤੇ ਰਾਤ ਦਾ ਆਪਸ ਵਿੱਚ ਮੇਲ ਹੈ, ਜਾਗਰਤ ਅਤੇ ਸਵਪਨ ਅਵਸਥਾ ਦਾ ਆਪਸ ਵਿੱਚ ਮੇਲ ਹੈ, ਬਹੁਤ ਵੱਡਾ ਮੇਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੰਦੇਸ਼ ਨਾਲ ਆਪ ਪ੍ਰਚਾਰ ਕਰਨ ਹਿੱਤ ਬਨਾਰਸ ਚਲੇ ਗਏ, ਪਰ ਸਤਿਗੁਰ ਨੇ ਇਹ ਆਗਿਆ ਕੀਤੀ ਜਿਤਨੇ ਚਿਰ ਤੱਕ ਅਸੀਂ ਬੁਲਾਈਏ ਨਾ, ਸਾਡੀ ਪੱਤਰਿਕਾ ਨਾ ਆਵੇ, ਤੁਸੀਂ ਵਾਪਸ ਨਹੀਂ ਆਉਣਾ, ਆਪਣੇ ਆਪ ਨਹੀਂ ਆਉਣਾ, ਅਸੀਂ ਬੁਲਾਈਏ ਤਦੋਂ ਹੀ ਆਉਣਾ ਹੈ। ਸਮਾਂ ਇੱਕ ਸਾਲ ਦਾ ਬਤੀਤ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਨਹੀਂ, ਮਿਲਣ ਦੀ ਤਾਂਘ ਬੜੀ ਪ੍ਰਬਲ ਪੈਦਾ ਹੋਈ, ਔਰ ਉਸ ਤਾਂਘ ਦਾ ਭਾਈ ਜੀ ਆਪਣੀ ਬਾਣੀ 'ਚ ਬਕਾਇਦਾ ਜ਼ਿਕਰ ਕਰਦੇ ਨੇ। ਹੇ ਹਰਗੋਬਿੰਦ ਸਾਹਿਬ, ਉਹ ਦਿਨ ਕਦੋਂ ਨਸੀਬ ਹੋਵੇਗਾ ਕਿ ਮੇਰੇ ਨੇਤਰ ਤੁਹਾਡਾ ਦਰਸ਼ਨ ਕਰਨਗੇ, ਮੇਰੇ ਕੰਨ ਤੁਹਾਡੇ ਅੰਮ੍ਰਿਤਮਈ ਬਚਨ ਸੁਣਨਗੇ, ਮੈਂ ਆਪਣੀ ਇਸ ਤੁੱਛ ਜਿਹੀ ਰਸਨਾ ਨਾਲ ਅਰਦਾਸਮਈ ਬੇਨਤੀ ਭਰੇ ਵਾਕ ਤੁਹਾਡੇ ਕੰਨਾਂ ਤੱਕ ਪਹੁੰਚਾਵਾਂਗਾ, ਔਰ ਉਹ ਦਿਨ ਮੈਨੂੰ ਕਦੋਂ ਨਸੀਬ ਹੋਵੇਗਾ
ਜਦ ਮੈਂ ਤੁਹਾਡੇ ਨਕਸ਼ੇ ਕਦਮ ਤੇ ਚੱਲਾਂਗਾ ਤੇ ਤੁਹਾਡੀ ਪਰਕਰਮਾ ਕਰਾਂਗਾ। ਇਸ ਤਰ੍ਹਾਂ ਦੀਆਂ ਜੋਦਣੀਆਂ ਇਹ ਲਿਖ ਲਿਖ ਕੇ ਭੇਜ ਰਹੇ ਨੇ। ਅੱਜ ਸਵੇਰੇ ਉੱਠੇ ਨੇ ਬੜੇ ਉਦਾਸ, ਬੜੇ ਬਹਿਬਲ। ਨਾਲ ਦੇ ਸਾਥੀ ਵਿਦਿਆਰਥੀ ਪੁੱਛਦੇ ਨੇ, ਭਾਈ ਜੀ ਅੱਜ ਬੜੇ ਗਮਗੀਨ ਹੋ, ਬੜੇ ਦੁਖਤ ਹੋ, ਗੱਲ ਕੀ ਹੈ? ਤੇ ਇੱਕ ਪਾਵਨ ਸਵਈਏ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ ਹੈ, ਯਾਹੀ ਮਸਤਕ ਦੇਖ ਰੀਝਤ ਕੋ ਪ੍ਰਾਨ ਪਤ, ਹਾਥ ਆਪਣੇ ਬਣਾਏ ਤਿਲਕ ਦਿਖਾਵਤੇ। ਮੱਥਾ ਮੇਰਾ ਇਹੀ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸੰਨ ਹੋ ਜਾਂਦੇ ਸਨ, ਬਾਗ ਬਾਗ ਹੋ ਜਾਂਦੇ ਸਨ। ਔਰ ਇਸ ਮਸਤਕ ਦੇ ਉੱਤੇ ਆਪਣਾ ਮੇਰ ਭਰਿਆ ਹੱਥ ਰੱਖਦੇ ਸਨ, ਅਸੀਸ ਦਿੰਦੇ ਸਨ। ਇਹ ਮਸਤਕ ਇਤਨਾ ਖੁਸ਼ਕਿਸਮਤ ਹੈ, ਇਹ ਮਸਤਕ ਇਤਨਾ ਵਡਭਾਗੀ ਹੈ। ਯਾਹੀ ਮਸਤਕ ਧਾਰ ਹਸਤ ਕਮਲ ਪ੍ਰੇ, ਪ੍ਰੇਮ ਕਥਾ ਕਹਿ ਕਹਿ ਮਾਨਨ ਮਨਾਵਤੇ। ਭਾਈ ਸਾਹਿਬ ਕਹਿੰਦੇ ਨੇ ਮੱਥਾ ਮੇਰਾ ਇਹੀ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੱਬੀ ਪ੍ਰੇਮ ਦੀਆਂ ਕਹਾਣੀਆਂ ਸੁਣਾਉਂਦੇ ਸਨ, ਰੱਬੀ ਪ੍ਰੇਮ ਦੇ ਗੀਤ ਚੱਲ ਪੈਂਦੇ ਸਨ, ਤੇ ਮੈਂ ਹੰਕਾਰੀ ਦੀ ਸੁਰਤ ਨੂੰ ਰੱਬ ਨਾਲ ਜੋੜਦੇ ਸਨ। ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਥੀ, ਧਾਏ ਧਾਏ ਹੇਤ ਕਰ ਉਰਹਿ ਲਗਾਵਤੇ। ਮਸਤਕ ਤੇ ਮੇਰਾ ਇਹੀ ਹੈ, ਇਹਨੂੰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖਦੇ ਸਨ ਤੇ ਆਵਾਜ਼ ਮਾਰਦੇ ਸਨ, ਭਾਈ ਜੀ ਆਇਓ ਇੱਕ ਕੰਮ ਹੈ, ਤੇ ਮੈਂ ਕਹਿ ਦਿੰਦਾ ਸੀ ਪਾਤਸ਼ਾਹ ਅਜੇ ਠਹਿਰੋ, ਮੈਂ ਆਪਣੇ ਕੁਝ ਹੋਰ ਕੰਮ ਕਰਨੇ ਨੇ। ਮੈਂ ਇਨਕਾਰੀ ਹੋ ਜਾਂਦਾ ਸੀ, ਲਾਡ ਵਿੱਚ ਆ ਕੇ ਇਤਨੀ ਵੱਧ ਗੱਲ ਵੀ ਕਹਿ ਦਿੰਦਾ ਸੀ ਕਿ ਪਾਤਸ਼ਾਹ ਅਜੇ ਠਹਿਰੋ, ਅਜੇ ਮੈਂ ਨਹੀਂ ਆਵਣਾ। ਬਖਸ਼ਿਸ਼ ਭੰਡਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਆ ਜਾਂਦੇ ਸਨ ਤੇ ਮੈਨੂੰ ਗਲਵਕੜੀ 'ਚ ਲੈ ਲੈਂਦੇ ਸਨ। ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਥੀ, ਧਾਏ ਧਾਏ ਹੇਤ ਕਰ ਉਰਹਿ ਲਗਾਵਤੇ। ਸਤਿਗੁਰ ਆਪ ਭੱਜ ਕੇ ਆ ਜਾਂਦੇ ਸਨ ਔਰ ਮੈਨੂੰ ਗਲਵਕੜੀ 'ਚ ਲੈ ਲੈਂਦੇ ਸਨ। ਪਰ ਅੱਜ ਹਾਲਤ ਇਹ ਹੈ ਕਿ ਯਾਹੀ ਮਸਤਕ ਦੇਖ ਧੁਨ ਧੁਨ ਪੁਨ ਰੋਏ ਉਠੋ, ਸੁਪਨੇ ਹੂੰ ਨਾਥ ਨਾਹੀ ਦਰਸ ਦਿਖਾਵਤੇ। ਮਸਤਕ ਉਹੀ ਹੈ ਔਰ ਪੱਥਰ ਤੇ ਪਟਕ ਪਟਕ ਕੇ ਮੈਂ ਰੋ ਰਿਹਾ ਕਿ ਜਾਗਰਤ ਅਵਸਥਾ ਦੀ ਤੇ ਗੱਲ ਇੱਕ ਪਾਸੇ, ਸੁਪਨੇ ਵਿੱਚ ਵੀ ਦਰਸ਼ਨ ਕੋਈ ਨਹੀਂ, ਮਿਲਾਪ ਸੁਪਨੇ ਵਿੱਚ ਵੀ ਕੋਈ ਨਹੀਂ। ਇੰਨੀ ਬਹਿਬਲ ਅਵਸਥਾ ਦਾ ਜ਼ਿਕਰ ਆਪ ਆਪਣੇ ਸਾਥੀਆਂ ਨਾਲ ਕਰ ਰਹੇ ਨੇ। ਦਿਨ ਭਰ ਗੁਰੂ ਚਿੰਤਨ ਵਿੱਚ ਰਹੇ, ਦਿਨ ਭਰ ਗੁਰਬਾਣੀ ਦੀ ਵਿਚਾਰ ਵਿੱਚ ਰਹੇ, ਦਿਨ ਭਰ ਪ੍ਰਭੂ ਸਿਮਰਨ ਵਿੱਚ ਰਹੇ ਔਰ ਇਸੇ ਬੈਰਾਗਮਈ ਅਵਸਥਾ ਵਿੱਚ ਆਪ ਰਾਤ ਨੂੰ ਸੌਂ ਗਏ, ਗੁਰੂ ਨੂੰ ਚੇਤੇ ਕਰਦਿਆਂ ਕਰਦਿਆਂ। ਪਰ ਅੱਜ ਜਦ ਅੰਮ੍ਰਿਤ ਵੇਲੇ ਉੱਠੇ, ਸਵੇਰੇ ਉੱਠੇ, ਚਿਹਰੇ ਦੀ ਰੌਣਕ ਹੀ ਕੁਛ ਹੋਰ ਸੀ, ਅੱਖਾਂ ਦੀ ਚਮਕ ਹੀ ਕੁਛ ਹੋਰ ਸੀ, ਉੱਠਣ ਦਾ ਅੰਦਾਜ਼ ਹੀ ਕੁਛ ਹੋਰ ਸੀ। ਇਹ ਸਭ ਕੁਛ ਵੇਖ ਕੇ ਸਾਥੀ ਪੁੱਛਦੇ ਨੇ, ਭਾਈ ਜੀ ਅੱਜ ਤੇ ਕਿਸੇ ਨਵੇਂ ਢੰਗ ਨਾਲ ਉੱਠੇ ਹੋ, ਅੱਜ ਤੇ ਤੁਹਾਡੀਆਂ ਅੱਖਾਂ ਕੁਛ ਗੈਬੀ ਦੁਨੀਆਂ ਦੀ ਖਬਰ ਦੇ ਰਹੀਆਂ ਨੇ।
ਅੱਜ ਤੇ ਤੁਹਾਡਾ ਇਹ ਮਸਤਕ ਹੈ ਕੁਝ ਗੁੱਦੇ ਗੁੱਝੇ ਭੇਦ ਖੋਲ ਰਿਹਾ, ਕੋਈ ਰਾਜ਼ ਪ੍ਰਗਟ ਕਰ ਰਿਹਾ। ਤੋ ਭਾਈ ਸਾਹਿਬ ਬਕਾਇਦਾ ਜ਼ਿਕਰ ਕਰਦੇ ਨੇ, ਸੁਪਨੇ ਚਰਿੱਤਰ ਚਿੱਤਰ ਬਨ ਕੇ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਉਹ ਜਿਹੜਾ ਮੇਰਾ ਮਿੱਤਰ ਜਿਸ ਦੀ ਚਿਤਵਨੀ ਮੈਂ ਦਿਨ ਰਾਤ ਕਰਦਾ ਰਿਹਾ, ਅੱਜ ਬੜਾ ਹੀ ਪਿਆਰਾ ਤੇ ਪਵਿੱਤਰ ਰੂਪ ਧਾਰਨ ਕਰਕੇ ਬਿਲਕੁਲ ਬਚਿੱਤਰ ਜਿਹੀਆਂ ਲੀਲਾ ਬਣਾ ਕੇ ਮੇਰੇ ਸੁਪਨੇ 'ਚ ਆਏ। ਮੈਂ ਰੱਜ ਕੇ ਵੇਖਿਆ, ਮੈਂ ਰੱਜ ਕੇ ਵੇਖਿਆ। ਸੁਪਨੇ 'ਚ ਕੋਈ ਦੁਰਾਚਾਰ ਕਰੇ ਤਾਂ ਸਰੀਰ ਦੀ ਹਾਲਤ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ ਵਿੱਚ ਬਣਦੀ ਹੈ। ਸੁਪਨੇ ਵਿੱਚ ਅਗਰ ਕੋਈ ਚੋਰੀ ਕਰੇ ਤਾਂ ਹਾਲਤ ਸਰੀਰ ਦੀ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ ਵਿੱਚ ਚੋਰੀ ਕਰੇ। ਉਨਾ ਹੀ ਭੈ ਪੈਦਾ ਹੋ ਜਾਂਦਾ ਔਰ ਸਰੀਰ ਦੇ ਰੋਂਗਟੇ ਉਸੇ ਢੰਗ ਨਾਲ ਖੜ੍ਹੇ ਹੋ ਜਾਂਦੇ ਨੇ। ਔਰ ਸੁਪਨੇ ਵਿੱਚ ਕਿਧਰੇ ਪਰਮਾਤਮਾ ਦੇ ਨਾਮ ਦਾ ਰਸ ਮਿਲੇ ਤਾਂ ਇਹ ਰਸ ਉਹੀ ਆਉਂਦਾ ਹੈ ਜੋ ਜਾਗਰਤ ਅਵਸਥਾ ਵਿੱਚ ਮਨੁੱਖ ਨੂੰ ਨਸੀਬ ਆਉਂਦਾ ਹੈ। ਇਸ ਵਾਸਤੇ ਸੁਪਨੇ ਵਿੱਚ ਕੀਤਾ ਹੋਇਆ ਸ਼ੁਭ ਅਤੇ ਅਸ਼ੁਭ ਕਰਮ ਬਕਾਇਦਾ ਸੰਸਕਾਰਾਂ ਨੂੰ ਜਨਮ ਦਿੰਦਾ ਹੈ ਔਰ ਬਕਾਇਦਾ ਇੱਕ ਕਰਮ ਹੈ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਫਰਮਾਨ ਸੀ, ਨਿਜ ਨਾਰੀ ਕੇ ਸੰਗ ਨਿਹੋ ਤੁਮ ਨੀਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਸੁਪਨੇ ਦੇ 'ਚ ਵੀ ਇਹ ਚਿੰਤਨ ਨਹੀਂ ਆਉਣਾ ਚਾਹੀਦਾ, ਪਰ ਤਨ ਦਾ ਪਰ ਧਨ ਦਾ। ਔਰ ਜਿਸ ਬੰਦੇ ਨੂੰ ਮਾੜੇ ਸੁਪਨੇ ਆ ਰਹੇ ਨੇ, ਸਮਝ ਲਓ ਇਸ ਮਨੁੱਖ ਦਾ ਜਾਗਰਤ ਕੋਈ ਚੰਗਾ ਨਹੀਂ ਹੈ। ਜਿਸ ਮਨੁੱਖ ਦੀ ਰਾਤ ਮਾੜੀ ਲੰਘੀ ਹੈ, ਇਸ ਬੰਦੇ ਦਾ ਦਿਨ ਕੋਈ ਚੰਗਾ ਨਹੀਂ ਹੈ। ਜਿਸ ਮਨੁੱਖ ਦੇ ਸੁਪਨੇ ਬਹੁਤ ਗੰਦੇ ਨੇ, ਇਸ ਬੰਦੇ ਦਾ ਜਾਗਣਾ ਕੋਈ ਬਹੁਤ ਪਵਿੱਤਰ ਨਹੀਂ ਹੋ ਸਕਦਾ, ਕਿਉਂਕਿ ਜਾਗਣਾ ਅਤੇ ਸੁਪਨਾ ਦੋਵੇਂ ਜੁੜੇ ਹੋਏ ਨੇ। ਜੋ ਜਾਗਣਾ ਹੈ ਉਹੀ ਜੋ ਹੈ ਸੁਪਨਿਆਂ ਨੂੰ ਸੌਣ ਦੀ ਅਵਸਥਾ ਵਿੱਚ ਜਨਮ ਦਿੰਦਾ। ਈਰਾਨ ਵਿੱਚ ਇੱਕ ਬੜੇ ਪ੍ਰਸਿੱਧ ਫਕੀਰ ਹੋਏ ਨੇ, ਸੰਤ ਹਾਫਿਜ਼। ਇੱਕ ਦਿਨ ਅੱਲਾ ਅੱਲਾ ਦੀ ਧੁਨ ਕਰਦਿਆਂ ਕਰਦਿਆਂ ਸੌ ਗਏ, ਨੀਂਦ ਆ ਗਈ। ਰਾਤ ਨੂੰ ਕੁਝ ਅੱਲਾ ਦੀ ਚਮਕ ਦੇਖੀ, ਦਮਕ ਦੇਖੀ, ਔਰ ਉਸ ਸੁਪਨੇ ਵਿੱਚ ਜੋ ਅੱਲਾ ਕਹਿ ਰਿਹਾ ਉਹ ਇਹ, ਐ ਫਕੀਰ ਤੂੰ ਕੁਛ ਮੰਗ ਲੈ। ਅੱਜ ਅਸੀਂ ਤੈਨੂੰ ਮਨ ਚਾਹੀ ਵਸਤੂ ਦੇਣ ਆਇਆ, ਤੂੰ ਮੰਗ, ਛੇਤੀ ਮੰਗ। ਹਾਫਿਜ਼ ਮੰਗਦੇ ਨੇ, ਕਹਿੰਦੇ ਨੇ, ਮਖੁਨ ਬੇਦਾਰ ਅਜ਼ੀਂ ਖਵਾਬਮ ਖੁਦਾਰਾ ਕਿ ਦਾਰਮ ਇਸ਼ਰਤੇ ਖੁਸ਼ ਬਾ ਖਿਆਲਸ਼। ਐ ਮੇਰੇ ਖੁਦਾ, ਐ ਮੇਰੇ ਪਰਵਰਦਿਗਾਰ, ਜੇ ਦੇਣਾ ਹੀ ਹੈ ਤਾਂ ਇਹੀ ਵਸਤੂ ਦੇ, ਮੈਨੂੰ ਜਗਾਵੀ ਨਾ ਹੀ, ਇਸੇ ਸੁਪਨੇ ਵਿੱਚ ਰਹਿਣ ਦੇਈ, ਇਸੇ ਨੀਂਦ ਵਿੱਚ ਰਹਿਣ ਦੇਈ। ਜੇ ਬਖਸ਼ਿਸ਼ ਕਰਨੀ ਹੈ ਤਾਂ ਮਕੁਨ ਬੇਦਾਰ ਅਜ਼ੀ ਖਵਾਬਮ ਖੁਦਾਰਾ, ਮੈਨੂੰ ਬੇਦਾਰ ਨਾ ਕਰੀ, ਮੈਨੂੰ ਜਗਾਵੀ ਨਾ, ਇਹ ਨੀਂਦ ਮਹਾਨ ਹੈ, ਇਹ ਸੁਪਨਾ ਮਹਾਨ ਹੈ। ਹੂ ਬਹੂ ਇਸ ਤਰ੍ਹਾਂ ਦੀ ਇੱਕ ਗਾਥਾ ਆਪਣੇ ਦੇਸ਼ ਦੀ ਪਰਮ ਭਗਤਣੀ ਮੀਰਾ ਨਾਲ ਵੀ ਜੁੜੀ ਹੋਈ ਹੈ। ਉਹ ਕਹਿੰਦੀ ਹੈ, ਸੋਈ ਹੋਤੀ ਨਿਸਮੈ ਪਲੰਗ ਪਰ ਸਭ ਗਿਆਨ ਧਿਆਨ ਪਿਆ ਸੰਗ ਲਾਏ, ਪਲਕ ਸੇ ਜਬ ਪਲਕ ਲਗੀ ਪਲ ਲਾਗਤ ਹੀ ਪਲ ਮੋ ਪਿਆ ਆਏ। ਕੁਦਰਤੀ ਗੱਲ ਹੈ, ਜਿਸਦਾ ਚਿੰਤਨ ਕਰਕੇ ਸੋਈਏ,
ਰਾਤ ਨੂੰ ਸੁਪਨਿਆਂ ਵਿੱਚ ਉਹੀ ਆਉਂਦਾ ਹੈ। ਇਸ ਵਾਸਤੇ ਗੁਰੂ ਘਰ ਵਿੱਚ ਕੀਰਤਨ ਸਵੇਲਾ ਪੜ੍ਹ ਕੇ ਸੌਣ ਦੀ ਹਿਦਾਇਤ ਹੈ। ਉਹ ਮਹਿਜ਼ ਇਸ ਵਾਸਤੇ ਪੜ੍ਹਨਾ ਹੈ ਕਿ ਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਸੌਂ ਗਏ ਅਤੇ ਰਾਤ ਨੂੰ ਸੁਪਨੇ ਗੁਰੂ ਦੇ ਆਉਣਗੇ, ਰਾਤ ਨੂੰ ਸੁਪਨੇ ਪਰਮਾਤਮਾ ਦੇ ਆਉਣਗੇ। ਤੋ ਕ੍ਰਿਸ਼ਨ ਦਾ ਚਿੰਤਨ ਕਰਦਿਆਂ ਕਰਦਿਆਂ ਮੀਰਾਂ ਸੌਂ ਗਈ, ਨੀਂਦ ਦੀ ਅਗੋਸ਼ ਵਿੱਚ ਚਲੇ ਗਈ। ਅਤੇ ਨੀਂਦ ਇਕੱਲੀ ਨਹੀਂ ਆਉਂਦੀ, ਨੀਂਦ ਆਪਣੇ ਨਾਲ ਸੁਪਨੇ ਲਿਆਉਂਦੀ ਹੈ। ਨੀਂਦ ਦਾ ਤੱਲੁਕ ਰਾਤ ਨਾਲ ਹੈ, ਰਾਤ ਦਾ ਤੱਲੁਕ ਦਿਨ ਨਾਲ ਹੈ। ਦਿਨ ਜੋ ਕੁਛ ਕਰਦੇ ਹਾਂ ਉਹ ਰਾਤ ਸੰਗ੍ਰਹਿ ਕਰਕੇ ਸੁਪਨਿਆਂ ਦੀ ਦੁਨੀਆਂ 'ਚ ਸਾਨੂੰ ਵਾਪਸ ਕਰਦੀ ਹੈ, ਸਾਡੀ ਝੋਲੀ 'ਚ ਪਾਉਂਦੀ ਹੈ। ਤੋ ਚਿੰਤਨ ਕਰਦਿਆਂ ਕਰਦਿਆਂ ਸੌਂ ਗਈ, ਨੀਂਦ ਆਈ। ਅਤੇ ਨੀਂਦ ਦੇ ਆਉਂਦਿਆਂ ਸੁਪਨਾ ਆਇਆ, ਅਤੇ ਸੁਪਨਾ ਵੀ ਇਕੱਲਾ ਨਹੀਂ ਆਇਆ, ਸੁਪਨਾ ਆਪਣੇ ਨਾਲ ਕ੍ਰਿਸ਼ਨ ਨੂੰ ਲੈ ਕੇ ਆਇਆ। ਸੋਈ ਹੋਤੀ ਨਿਸ ਮੈਂ ਪਲੰਗ ਪਰ ਸਭ ਗਿਆਨ ਧਿਆਨ ਪਿਆ ਸੰਗ ਲਾਏ, ਪਲਕ ਸੇ ਜਬ ਪਲਕ ਲਗੀ ਪਲ ਲਾਗਤ ਹੀ ਪਲ ਮੋ ਪਿਆ ਆਏ, ਜਬ ਉਠੀ ਉਨਕੇ ਮਿਲ ਬੇ ਕੋ ਜਾਗ ਪਰੀ ਪਿਆ ਪਾਸ ਨਾ ਪਾਏ। ਮੀਰਾਂ ਕਹਿੰਦੀ ਏ ਸੁਪਨੇ 'ਚ ਹੀ ਖਿਆਲ ਪੈਦਾ ਹੋ ਗਿਆ ਕਿ ਮੈਂ ਉੱਠਾਂ ਕ੍ਰਿਸ਼ਨ ਦੀ ਕਦਮ ਬੋਸੀ ਕਰਾਂ, ਆਪਣਾ ਮਸਤਕ ਉਹਦੇ ਕਦਮਾਂ 'ਤੇ ਰੱਖਾਂ। ਪਰ ਇਸ ਖਿਆਲ ਨੇ ਗਜ਼ਬ ਕਰ ਦਿੱਤਾ ਕਿਉਂਕਿ ਇਸ ਖਿਆਲ ਦੇ ਆਉਂਦਿਆਂ ਹੀ ਨੀਂਦ ਟੁੱਟ ਗਈ, ਨੀਂਦ ਦੇ ਟੁੱਟਦਿਆਂ ਹੀ ਸੁਪਨਾ ਟੁੱਟ ਗਿਆ, ਅਤੇ ਸੁਪਨਿਆਂ ਦੇ ਟੁੱਟਦਿਆਂ ਕ੍ਰਿਸ਼ਨ ਔਝਲ ਹੋ ਗਏ। ਜਬ ਉਠੀ ਉਨਕੇ ਮਿਲ ਬੇ ਕੋ ਜਾਗ ਭਰੀ ਪਿਆ ਪਾਸ ਨਾ ਪਾਏ, ਮੀਰਨ ਔਰ ਤੋ ਸੋਵਤ ਖੋਵਤ ਮੈਨੇ ਸਖੀ ਪਿਆ ਜਾਗ ਗਵਾਏ। ਲੋਕੀ ਸੌਂ ਕੇ ਪਰਮਾਤਮਾ ਗਵਾ ਬੈਠਦੇ ਨੇ, ਮੈਂ ਜਾਗ ਕੇ ਗਵਾ ਬੈਠੀ। ਅਗਰ ਇਹ ਨੀਂਦ ਹੋਰ ਚੱਲਦੀ ਰਹਿੰਦੀ ਤਾਂ ਸੁਪਨਾ ਵੀ ਚੱਲਦਾ ਰਹਿੰਦਾ, ਅਤੇ ਜੇ ਸੁਪਨਾ ਚੱਲਦਾ ਰਹਿੰਦਾ ਤਾਂ ਕ੍ਰਿਸ਼ਨ ਦਾ ਮਿਲਣ ਵੀ ਚੱਲਦਾ ਰਹਿੰਦਾ। ਇਸੇ ਹੀ ਅਵਸਥਾ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ, ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ, ਐ ਭਾਗਾਂ ਭਰੀ ਨੀਂਦ ਤੂੰ ਆ। ਦਿਨ ਭਾਗਾਂ ਭਰਿਆ ਹੋਵੇ ਰਾਤ ਆਪਣੇ ਆਪ ਭਾਗਾਂ ਭਰੀ ਹੋ ਜਾਂਦੀ ਹੈ, ਦਿਨ ਭਾਗਾਂ ਭਰਿਆ ਹੈ ਰਾਤ ਨੂੰ ਭਾਗਾਂ ਭਰੇ ਸੁਪਨੇ। ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਾਪਦਾ ਗੁਰੂ ਚਿੰਤਨ ਕਰਦਿਆਂ ਕਰਦਿਆਂ ਗੁਰਮਤਿ ਦੇ ਵਿਚਾਰ ਲਿਖਦਿਆਂ ਲਿਖਦਿਆਂ ਇਹਨਾਂ ਹੀ ਵਿਚਾਰਾਂ ਅਤੇ ਇਸੇ ਹੀ ਚਿਤਵਨੀ 'ਚ ਆਪ ਸੌਂ ਗਏ ਨੇ। ਔਰ ਪਵਿੱਤਰ ਬੰਦਿਆਂ ਨੂੰ ਜਿਸ ਤਰ੍ਹਾਂ ਪਵਿੱਤਰ ਸੁਪਨੇ ਆਉਂਦੇ ਨੇ, ਕੋਈ ਮਨੁੱਖ ਪਵਿੱਤਰ ਹੈ ਪਾਪੀ ਹੈ ਇਹਦਾ ਨਿਰਣਾ ਖੁਦ ਕਰ ਸਕਦਾ ਹੈ। ਅਗਰ ਅਜੇ ਤੱਕ ਵੀ ਉਸਨੂੰ ਮਾੜੇ ਸੁਪਨੇ ਆ ਰਹੇ ਨੇ ਤਾਂ ਇਸ ਬੰਦੇ ਦਾ ਜਾਗਣਾ ਅਤੇ ਜੀਵਣਾ ਕੋਈ ਪਾਵਨ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ, ਕਿਉਂਕਿ ਦਿਨ ਭਰ ਦੇ ਕਰਮ ਦਿਨ ਭਰ ਦੀਆਂ ਵਿਚਾਰਾਂ ਹੀ ਅਤੇ ਰਾਤ ਨੂੰ ਸੁਪਨੇ ਨੂੰ ਜਨਮ ਦਿੰਦੀਆਂ ਨੇ। ਤੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ, ਅਸਾਂ ਧਾ ਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਤੁਸੀਂ ਤੇ ਨਿਰਾ ਨੂਰ ਹੋ, ਤੁਸੀਂ ਤੇ ਨਿਰਾ ਚਾਨਣ ਹੋ, ਤੇ ਹੁਣ ਚਾਨਣ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਅੱਖ ਖੁੱਲ ਗਈ।
ਨੀਂਦ ਖੁੱਲ ਗਈ। ਤੁਸਾਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ, ਮੰਗ ਬਣੀ ਰਹੀ ਹੋਰ ਮਿਲਣ ਹੋਵੇ, ਹੋਰ ਮਿਲਣ ਹੋਵੇ, ਇਹ ਰਸ ਹੋਰ ਬਣਿਆ ਰਵੇ। ਇਸੇ ਵਾਸਤੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਸੁਪਨਾ ਮਹਾਨ ਹੈ, ਇਹ ਸੋਹਣਾ ਮਹਾਨ ਹੈ, ਜਾਗਣ ਤੇ ਸੁਪਨਾ ਭਲਾ, ਵਸੀਏ ਪ੍ਰਭ ਸੰਗ, ਕਦ ਦੇਖੋ ਪ੍ਰਭ ਆਪਣਾ ਆਤਮ ਤੇ ਹਰ ਰੰਗ। ਲੋਕੀ ਨੀਂਦ ਦੇ ਚ ਉੱਡਦੇ ਵੀ ਨੇ, ਸੁਪਨੇ ਇਹਨਾਂ ਨੂੰ ਐਸੇ ਆਂਦਨ ਉਡਾਰੀ ਲਾ ਰਹੇ ਨੇ, ਜਾਪਦਾ ਕਿਸੇ ਜਨਮ ਦੇ ਚ ਪੰਛੀ ਰਹਿ ਚੁੱਕੇ ਨੇ, ਉੱਡਣ ਦੇ ਸੰਸਕਾਰ ਅੰਦਰ ਮੌਜੂਦ ਨੇ, ਉੱਡੇ ਨੇ। ਔਰ ਇਸੇ ਤਰੀਕੇ ਨਾਲ ਬੜੇ ਭਿਅੰਕਰ ਡਰਾਵਣੇ ਸੁਪਨੇ ਵੀ ਮਨੁੱਖ ਨੂੰ ਆਉਂਦੇ ਨੇ, ਜਾਪਦਾ ਹੈ ਕਿ ਇਹਦਾ ਦਿਨ ਭਰ ਕੋਈ ਡਰਾਵਣੀ ਦੁਨੀਆ ਨਾਲ ਸੰਬੰਧਿਤ ਹੈ, ਇਹਦਾ ਦਿਨ ਭਰ ਕੋਈ ਭੈੜੇ ਕਰਮਾਂ ਨਾਲ ਸੰਬੰਧਿਤ ਹੈ, ਤਦੀ ਤੇ ਇਸ ਨੂੰ ਰਾਤ ਨੂੰ ਡਰਾਵਣੇ ਸੁਪਨੇ ਆਉਂਦੇ ਨੇ। ਦਿਨ ਭਰ ਜੋ ਭੈੜੇ ਕਰਮਾਂ ਕਰਕੇ ਡਰਿਆ ਰਿਹਾ, ਕੁਦਰਤੀ ਗੱਲ ਹੈ ਰਾਤ ਨੂੰ ਡਰਾਵਣੇ ਸੁਪਨੇ ਆਉਣਗੇ। ਔਰ ਇਹ ਡਰਾਵਣੇ ਸੁਪਨੇ ਇਸ ਗੱਲ ਦਾ ਸਬੂਤ ਹੈ ਕਿ ਇਹ ਮਨੁੱਖ ਪਵਿੱਤਰ ਨਹੀਂ, ਇਹ ਬੰਦਾ ਅਜੇ ਪਾਵਨ ਦੁਨੀਆ ਨੂੰ ਛੂਹ ਨਹੀਂ ਸਕਿਆ। ਸੁਪਨਾ ਆਪਣੇ ਆਪ ਦਾ ਨਿਰਣਾ ਕਰਨ ਲਈ ਪਰਿਪੂਰਨ ਪਰਮਾਤਮਾ ਦੀ ਤਰਫੋਂ ਦਿੱਤਾ ਗਿਆ ਇੱਕ ਬਹੁਤ ਵੱਡਾ ਵਸੀਲਾ ਹੈ, ਬਹੁਤ ਵੱਡਾ ਵਸੀਲਾ ਹੈ, ਜਿਹਨੂੰ ਵੇਖ ਕੇ ਮਨੁੱਖ ਆਪਣੇ ਬਾਰੇ ਇਹ ਫੈਸਲਾ ਕਰ ਸਕਦਾ ਹੈ, ਮੈਂ ਪਾਵਨ ਹਾਂ ਕਿ ਮੈਂ ਪਾਪੀ ਹਾਂ, ਮੈਂ ਚੰਗਾ ਹਾਂ ਕਿ ਮੈਂ ਮਾੜਾ ਹਾਂ। ਤੋ ਇਸ ਬਾਣੀ ਦੀਆਂ ਪੰਕਤੀਆਂ ਤੋਂ ਅਸੀਂ ਇਹ ਪ੍ਰੇਰਣਾ ਲੈਣੀ ਹੈ ਕਿ ਦਿਨ ਭਰ ਪ੍ਰਭੂ ਚਿੰਤਨ ਕਰਦਿਆਂ ਕਰਦਿਆਂ ਰਾਤ ਨੂੰ ਇਹਨਾਂ ਹੀ ਵਿਚਾਰਾਂ ਨੂੰ ਲੈ ਕੇ ਸੋਣਾ ਹੈ, ਤਾਂ ਕਿ ਰਾਤ ਨੂੰ ਐਸੇ ਸੁਪਨੇ ਆਵਣ ਜਿਹਦੇ 'ਚ ਪ੍ਰਭੂ ਮਿਲਣਾ ਨਸੀਬ ਹੋਵੇ, ਗੁਰੂ ਜੋਤੀ ਦੇ ਦਰਸ਼ਨ ਹੋਵਣ, ਸਤਸੰਗ ਨਸੀਬ ਹੋਵੇ, ਗੁਰਤੀਰਥਾਂ ਦੇ ਦਰਸ਼ਨ ਹੋਵਣ, ਗੁਰਧਾਮਾਂ ਦੇ ਦਰਸ਼ਨ ਹੋਵਣ।